Religion Outlook. ਗੁਰੂ ਨੂੰ ਪਿਆਰ ਕਰਨ ਵਾਲੀ ਸਾਧ ਸੰਗਤ ਤੋਂ ਖਿਮਾ ਦੇ ਜਾਚਕ ਹਾਂ ਕਿ ਪਿਛਲਾ ਪੂਰਾ ਹਫ਼ਤਾ ਅਸੀਂ ਆਪ ਜੀ ਦੇ ਰੂਬਰੂ ਨਹੀਂ ਹੋ ਸਕੇ। ਗੁਰੂ ਸਹਿਬਾਨਾਂ ਦੀ ਵਡਮੁੱਲੀ ਬਾਣੀ ਤੁਹਾਡੇ ਤੱਕ ਨਹੀਂ ਪਹੁੰਚਾ ਸਕੇ। ਤੁਹਾਡੇ ਕਈ ਸਾਰੇ ਕਮੈਂਟ ਵੀ ਆਏ ਜਿਸ ਤੋਂ ਕਿ ਇਹ ਸਾਬਿਤ ਹੁੰਦਾ ਹੈ ਕਿ ਅਸੀਂ ਬਾਣੀ ਦੇ ਨਾਲ ਰਚ ਮਿਚ ਗਏ ਹਾਂ। ਬੜੀ ਖੁਸ਼ੀ ਹੁੰਦੀ ਹੈ ਇਹ ਜਾਣ ਕੇ ਕਿ ਜੇਕਰ ਸਾਨੂੰ ਦਿਨ ਦੇ ਵਿੱਚ ਬਾਣੀ ਨਾ ਮਿਲੇ ਤਾਂ ਸਾਨੂੰ ਖਾਲੀ ਖਾਲੀ ਲੱਗਦਾ ਹੈ। ਆਓ ਫਿਰ ਤੋਂ ਉਸ ਖਾਲੀਪਣ ਨੂੰ ਅਸੀਂ ਭਰਦੇ ਹਾਂ। ਸੁਖਮਨੀ ਸਾਹਿਬ ਦੀ ਬਾਣੀ ਨੂੰ ਅੱਗੇ ਤੋਰਦੇ ਹਾਂ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 274ਵੇਂ ਅੰਗ 'ਤੇ ਵਿਰਾਜਮਾਨ ਸੁਖਮਨੀ ਸਾਹਿਬ ਦੀ 9ਵੀਂ ਅਸ਼ਟਪਦੀ ਦੀ ਵਿਆਖਿਆ ਆਪਾਂ ਕਰਦੇ ਹਾਂ। ਸਲੋਕ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ। ਉਰ ਤੋਂ ਭਾਵ ਸਾਡਾ ਹਿਰਦਾ, ਸਾਡੀ ਅੰਤਰ ਆਤਮਾ। ਗੁਰੂ ਜੀ ਕਹਿੰਦੇ ਕਿ ਜੋ ਮਨੁੱਖ ਆਪਣੇ ਹਿਰਦੇ ਦੇ ਵਿੱਚ ਆਪਣੇ ਧੁਰ ਅੰਦਰ ਉਸ ਅਕਾਲ ਪੁਰਖ ਦਾ ਨਾਮ ਧਾਰ ਕੇ ਰੱਖਦਾ ਹੈ, ਟਿਕਾ ਕੇ ਰੱਖਦਾ ਹੈ, ਜੋ ਮਨੁੱਖ ਸਰਬ ਮੈਂ ਪੇਖੈ ਭਗਵਾਨ, ਸਾਰਿਆਂ ਦੇ ਵਿੱਚ ਹੀ ਉਸ ਭਗਵਾਨ ਦੇ ਦਰਸ਼ਨ ਕਰ ਲੈਂਦਾ ਹੈ, ਉਸ ਭਗਵਾਨ ਨੂੰ, ਉਸ ਪਰਮਾਤਮਾ ਨੂੰ ਵਿਆਪਕ ਵੇਖਦਾ ਹੈ। ਨਿਮਖ ਨਿਮਖ ਠਾਕੁਰ ਨਮਸਕਾਰੈ, ਆਪਣੇ ਮਾਲਕ ਨੂੰ ਪਲ ਪਲ ਨਮਸਕਾਰ ਕਰਦਾ ਹੈ, ਪਲ ਪਲ ਉਹਦੇ ਅੱਗੇ ਸੀਸ ਝੁਕਾਉਂਦਾ ਹੈ। ਨਾਨਕ ਉਹ ਅਪਰਸ, ਹੇ ਨਾਨਕ ਉਹੀ ਅਸਲ ਅਪਰਸ ਹੈ, ਅਸਲ ਅਸ਼ੋਹ ਹੈ। ਸਗਲ ਨਿਸਤਾਰਾ, ਉਹ ਸਾਰਿਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਹੁਣ ਅਪਰਸ ਕੀ ਹੁੰਦਾ ਹੈ? ਹਿੰਦੂ ਧਰਮ ਦੇ ਵਿੱਚ ਇਹ ਇੱਕ ਪ੍ਰਥਾ ਹੈ ਜਾਂ ਸੀ ਸੁੱਚ ਰੱਖਣ ਦੀ। ਕਈ ਮਨੁੱਖ ਇੰਨੀ ਸੁੱਚ ਰੱਖਦੇ ਸਨ ਕਿ ਉਹ ਕਿਸੇ ਦੂਸਰੇ ਮਨੁੱਖ ਦੇ ਨਾਲ ਛੂਹਦੇ ਵੀ ਨਹੀਂ ਸਨ, ਜਾਂ ਕਿਸੇ ਹੋਰ ਜੀਵ ਦੇ ਨਾਲ ਛੂਹਦੇ ਨਹੀਂ ਸਨ, ਜਾਂ ਕਿਸੇ ਖਾਸ ਸਮੁਦਾਇ ਦੇ ਲੋਕਾਂ ਦੇ ਨਾਲ ਨਹੀਂ ਛੂਹਦੇ ਸਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨਾਲ ਛੋਹ ਲੈਣਗੇ ਅਤੇ ਉਹ ਅਪਵਿੱਤਰ ਹੋ ਜਾਣਗੇ। ਅਜਿਹੇ ਜੋ ਇਨਸਾਨ ਸੀ ਉਹਨਾਂ ਨੂੰ ਅਪਰਸ ਸਮਝਿਆ ਜਾਂਦਾ ਸੀ ਕਿ ਉਹ ਕਿਸੇ ਦੇ ਨਾਲ ਸਪਰਸ਼ ਨਹੀਂ ਕਰਦੇ। ਪਰ ਗੁਰੂ ਜੀ ਕਹਿੰਦੇ ਕਿ ਅਸਲੀ ਅਪਰਸ ਉਹ ਨਹੀਂ ਜੋ ਸਰੀਰਕ ਤੌਰ 'ਤੇ ਅਸ਼ੋਹ ਹੁੰਦਾ ਹੈ, ਜੋ ਸਰੀਰਕ ਤੌਰ 'ਤੇ ਸੁੱਚ ਰੱਖਦਾ ਹੈ। ਅਸਲੀ ਅਪਰਸ ਉਹ ਹੈ ਜੋ ਆਤਮਕ ਤੌਰ 'ਤੇ ਵਿਕਾਰਾਂ ਤੋਂ ਸੁੱਚਮ ਰੱਖਦਾ ਹੈ, ਵਿਕਾਰਾਂ ਨੂੰ ਆਪਣੇ ਨਾਲ ਛੂਹਣ ਨਹੀਂ ਦਿੰਦਾ ਅਤੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਸਦਾ ਪਰੋ ਕੇ ਰੱਖਦਾ ਹੈ। ਅਸਲੀ ਅਪਰਸ ਉਹ ਹੈ ਅਤੇ ਅਜਿਹਾ ਅਪਰਸ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਇਸੇ ਗੱਲ ਨੂੰ ਅੱਗੇ ਤੋਰਦੇ ਹੋਏ ਗੁਰੂ ਜੀ ਲਿਖਦੇ ਹਨ ਅਸ਼ਟਪਦੀ, ਮਿੱਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ਼। ਮਿੱਥਿਆ ਤੋਂ ਭਾਵ ਝੂਠ, ਕਿ ਜੋ ਮਨੁੱਖ ਝੂਠ ਨੂੰ ਆਪਣੀ ਰਸਨਾ ਆਪਣੀ ਜੀਵ ਦੇ ਨਾਲ ਛੋਣ ਨਹੀਂ ਦਿੰਦਾ ਅਤੇ ਆਪਣੇ ਮਨ ਦੇ ਵਿੱਚ ਉਸ ਨਿਰੰਜਨ ਪਰਮਾਤਮਾ ਦੇ ਦੀਦਾਰ ਦੀ ਤਾਂਘ ਰੱਖਦਾ ਹੈ। ਪਰ ਤ੍ਰੇ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ। ਪਰਾਈ ਇਸਤਰੀ ਦੇ ਰੂਪ ਨੂੰ, ਪਰਾਈ ਇਸਤਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਦੇ ਨਾਲ ਨਹੀਂ ਤੱਕਦਾ, ਭਲੇ ਮਨੁੱਖਾਂ ਦੀ ਟਹਿਲ ਕਰਦਾ ਹੈ, ਸੰਤ ਜਨਾਂ ਦੀ ਸੰਗਤ ਦੇ ਨਾਲ ਪ੍ਰੇਮ ਕਰਦਾ ਹੈ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਜਿਸ ਮਨੁੱਖ ਦੇ ਕੰਨ ਕਿਸੇ ਦੀ ਨਿੰਦਾ ਨਹੀਂ ਸੁਣਦੇ, ਸਭ ਤੇ ਜਾਣੈ ਆਪਸ ਕਉ ਮੰਦਾ, ਬਲਕਿ ਉਹ ਖੁਦ ਨੂੰ ਸਾਰਿਆਂ ਦੇ ਨਾਲੋਂ ਮਾੜਾ ਸਮਝਦਾ ਹੈ। ਗੁਰਪ੍ਰਸਾਦ ਬਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ।
ਗੁਰੂ ਦੀ ਜਿਹਦੇ 'ਤੇ ਕਿਰਪਾ ਹੁੰਦੀ ਹੈ ਅਤੇ ਮਾਇਆ ਦਾ ਪ੍ਰਭਾਵ ਜਿਹਦੇ ਉੱਪਰੋਂ ਹਟ ਜਾਂਦਾ ਹੈ, ਜਿਹਦੇ ਮਨ ਦੀ ਵਾਸ਼ਨਾ ਮਨ ਤੋਂ ਉੱਤਰ ਜਾਂਦੀ ਹੈ। ਇੰਦਰੀ ਜਿੱਤ ਪੰਚ ਦੋਖ 'ਤੇ ਰਹਿਤ, ਜੋ ਮਨੁੱਖ ਆਪਣੇ ਗਿਆਨ ਇੰਦਰੀਆਂ ਨੂੰ ਵਸ ਦੇ ਵਿੱਚ ਕਰ ਲੈਂਦਾ ਹੈ, ਜਿੱਤ ਲੈਂਦਾ ਹੈ, ਅਤੇ ਪੰਜ ਵਿਕਾਰਾਂ ਅਤੇ ਉਹਨਾਂ ਤੋਂ ਉਤਪੰਨ ਹੋਣ ਵਾਲੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ, ਬਚ ਜਾਂਦਾ ਹੈ। ਨਾਨਕ ਕੋਟ ਮਧੇ ਕੋ ਐਸਾ ਅਪਰਸ, ਕੋਟ ਤੋਂ ਭਾਵ ਕਰੋੜ, ਮਧੇ ਤੋਂ ਭਾਵ ਵਿਚਕਾਰ, ਕਿ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਐਸਾ ਮਨੁੱਖ ਹੁੰਦਾ ਹੈ, ਅਤੇ ਅਜਿਹੇ ਮਨੁੱਖ ਨੂੰ ਅਸੀਂ ਅਪਰਸ ਕਹਿ ਸਕਦੇ ਹਾਂ। ਅਗਲੀਆਂ ਪੰਕਤੀਆਂ ਦੇ ਵਿੱਚ ਜਾਂ ਅਗਲੀ ਪਦੀ ਦੇ ਵਿੱਚ ਗੁਰੂ ਜੀ ਵੈਸ਼ਨੋ ਦੀ ਗੱਲ ਕਰਦੇ ਹਨ। ਜੋ ਮਨੁੱਖ ਵਿਸ਼ਨੂੰ ਦਾ ਪੁਜਾਰੀ ਹੈ ਉਹਨੂੰ ਵੈਸ਼ਨੋ ਕਿਹਾ ਜਾਂਦਾ ਹੈ। ਦੋ ਸ਼ਬਦ ਨੇ ਅਸਲ ਦੇ ਵਿੱਚ, ਇੱਕ ਵੈਸ਼ਨੋ ਇੱਕ ਵੈਸ਼ਨੂੰ। ਵੈਸ਼ਨੂੰ ਅਕਸਰ ਉਸ ਇਨਸਾਨ ਨੂੰ ਕਿਹਾ ਜਾਂਦਾ ਹੈ ਜੋ ਆਂਡਾ, ਮੀਟ ਅਤੇ ਸ਼ਰਾਬ ਆਦਿਕ ਦਾ ਜਾਂ ਕਿਸੇ ਵੀ ਨਸ਼ੇ ਦਾ ਸੇਵਨ ਨਹੀਂ ਕਰਦਾ, ਅਤੇ ਵੈਸ਼ਨੋ ਉਹ ਜੋ ਵਿਸ਼ਨੂੰ ਦਾ ਪੁਜਾਰੀ ਹੈ। ਇਸ ਪਦੀ ਦੇ ਵਿੱਚ ਵੈਸ਼ਨੋ ਦੀ ਗੱਲ ਹੋ ਰਹੀ ਹੈ। ਵੈਸ਼ਨੋ ਸੋ ਜਿਸ ਉੱਪਰ ਸੁਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਵਿਸ਼ਨ ਉਹ ਪਰਮਾਤਮਾ, ਗੁਰੂ ਜੀ ਕਹਿੰਦੇ ਕਿ ਜੋ ਮਨੁੱਖ ਉਸ ਪਰਮਾਤਮਾ ਦੀ ਬਣਾਈ ਹੋਈ ਮਾਇਆ ਦੇ ਅਸਰ ਤੋਂ ਬੇਦਾਗ ਹੈ, ਭਿੰਨ ਹੈ, ਜਿਸ ਦੇ ਉੱਪਰ ਉਸ ਪਰਮਾਤਮਾ ਦੀ ਬਣਾਈ ਹੋਈ ਮਾਇਆ ਦਾ ਅਸਰ ਨਹੀਂ ਹੋਇਆ, ਜਿਸ ਦੇ ਉੱਪਰ ਉਹ ਪਰਮਾਤਮਾ ਖੁਦ ਪ੍ਰਸੰਨ ਹੋਇਆ ਹੈ, ਜਿਸ ਉੱਪਰ ਸੁਪ੍ਰਸੰਨ। ਵੈਸ਼ਨੋ ਸੋ, ਉਹ ਮਨੁੱਖ ਅਸਲੀ ਵੈਸ਼ਨੋ ਹੈ। ਕਰਮ ਕਰਤ ਹੋਵੈ ਨਿਹ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਧਾਰਮਿਕ ਬਹੁਤ ਮਨੁੱਖ ਹੁੰਦੇ ਨੇ ਅਤੇ ਜ਼ਿਆਦਾਤਰ ਧਾਰਮਿਕ ਕਾਰਜਾਂ ਦੇ ਵਿੱਚ ਹਿੱਸਾ ਲੈਂਦੇ ਨੇ, ਧਾਰਮਿਕ ਕਾਰਜ ਕਰਦੇ ਨੇ, ਇਸੇ ਲਈ ਆਪਣੇ ਆਪ ਨੂੰ ਧਾਰਮਿਕ ਸਮਝਦੇ ਨੇ। ਧਾਰਮਿਕ ਕਾਰਜ ਪੂਜਾ ਪਾਠ ਵੀ ਹੋ ਸਕਦਾ ਹੈ, ਧਾਰਮਿਕ ਕਾਰਜ ਕਿਸੇ ਧਰਮ ਅਸਥਾਨ 'ਤੇ ਸੇਵਾ ਵੀ ਹੋ ਸਕਦੀ ਹੈ, ਧਾਰਮਿਕ ਕਾਰਜ ਕੋਈ ਦਾਨ ਪੁੰਨ ਦਾ ਕਾਰਜ ਵੀ ਹੋ ਸਕਦਾ ਹੈ। ਕਿਉਂਕਿ ਇੱਥੇ ਵਿਸ਼ਨੂੰ ਦੇ ਭਗਤ ਦੀ ਗੱਲ ਹੋ ਰਹੀ ਹੈ, ਵਿਸ਼ਨੂੰ ਦੇ ਪੁਜਾਰੀ ਦੀ ਗੱਲ ਹੋ ਰਹੀ ਹੈ। ਤਿਸ ਵੈਸ਼ਨੋ ਕਾ ਨਿਰਮਲ ਧਰਮ, ਗੁਰੂ ਜੀ ਕਹਿੰਦੇ ਉਸ ਵੈਸ਼ਨੋ ਦਾ ਧਰਮ ਪਵਿੱਤਰ ਹੈ। ਕਰਮ ਕਰਤ ਹੋਵੈ ਨਹਿ ਕਰ, ਜਿਹੜਾ ਧਾਰਮਿਕ ਕਰਮ ਕਰਦਾ ਹੋਇਆ ਵੀ ਉਸ ਕੰਮ ਦੇ ਫਲ ਦੀ ਇੱਛਾ ਨਹੀਂ ਰੱਖਦਾ, ਇਹ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਹੈ ਜੋ ਸਾਨੂੰ ਸਿੱਖਣੀ ਚਾਹੀਦੀ ਹੈ। ਜ਼ਿਆਦਾਤਰ ਮਨੁੱਖ ਧਾਰਮਿਕ ਕਾਰਜ ਇਸ ਲਈ ਕਰਦੇ ਨੇ ਤਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਉਸ ਕਾਰਜ ਦਾ ਕੋਈ ਨਾ ਕੋਈ ਫਾਇਦਾ ਹੋਵੇ। ਕੋਈ ਮਨੁੱਖ ਨਿਯਮਤ ਤੌਰ 'ਤੇ ਪਾਠ ਕਰਦਾ ਹੈ, ਉਹਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਘਰ ਦੇ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ, ਜਾਂ ਉਹਦੀ ਇੱਛਾ ਹੁੰਦੀ ਹੈ, ਇਹ ਉਹਦੀ ਇੱਛਾ ਹੁੰਦੀ ਹੈ ਕਿ ਉਹ ਪਾਠ ਕਰੇਗਾ ਅਤੇ ਘਰ ਦੇ ਵਿੱਚ ਸ਼ਾਂਤੀ ਰਹੇਗੀ, ਦੁੱਖ ਤਕਲੀਫਾਂ ਦੂਰ ਰਹਿਣਗੀਆਂ। ਕੋਈ ਮਨੁੱਖ ਦਾਨ ਪੁੰਨ ਕਰਦਾ ਹੈ, ਉਹਦੇ ਅੰਦਰ ਵੀ ਇਹ ਇੱਛਾ ਹੁੰਦੀ ਹੈ ਕਿ ਪਰਮਾਤਮਾ ਉਹਨੂੰ ਹੋਰ ਜ਼ਿਆਦਾ ਦੇਵੇਗਾ। ਜ਼ਿਆਦਾਤਰ ਜੋ ਦਾਨ ਪੁੰਨ ਕਰਨ ਵਾਲੇ ਲੋਕ ਨੇ ਉਹ ਇਸ ਵਿਚਾਰ ਨੂੰ ਲੈ ਕੇ ਚੱਲਦੇ ਨੇ ਕਿ ਜੇਕਰ ਉਹ 1 ਰੁਪਈਆ ਦਾਨ ਦੇਣਗੇ ਤਾਂ ਪਰਮਾਤਮਾ ਉਹਨਾਂ ਨੂੰ 10 ਦੇਵੇਗਾ, ਇੱਛਾ ਹੁੰਦੀ ਹੈ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸਲੀ ਵੈਸ਼ਨੋ ਗੁਰੂ ਜੀ ਕਹਿੰਦੇ ਉਹੀ ਹੈ ਅਤੇ ਉਹਦਾ ਧਰਮ ਪਵਿੱਤਰ ਹੈ ਜਿਹੜਾ ਧਾਰਮਿਕ ਕਾਰਜ ਕਰੇ ਪਰ ਉਹਨਾਂ ਦੇ ਉੱਪਰੋਂ ਕੋਈ ਫਲ ਦੀ ਇੱਛਾ ਨਾ ਰੱਖੇ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਉਸ ਪਰਮਾਤਮਾ ਦੀ ਭਗਤੀ, ਉਹਦੇ ਕੀਰਤਨ ਦੇ ਵਿੱਚ ਮਸਤ ਰਹਿਣਾ ਹੀ ਲੋਚਦਾ ਹੋਵੇ, ਉਸ ਕੀਰਤਨ ਤੋਂ ਉਸ ਭਗਤੀ ਤੋਂ ਕਿਸੇ ਫਲ ਦੀ ਖਾਹਿਸ਼ ਨਾ ਕਰਦਾ ਹੋਵੇ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾ। ਆਪਣੇ ਮਨ ਅਤੇ ਤਨ ਦੇ ਵਿੱਚ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੋਵੇ ਅਤੇ ਸਾਰਿਆਂ ਦੇ ਉੱਪਰ ਹੀ ਦਇਆ ਕਰਦਾ ਹੋਵੇ। ਆਪ ਦ੍ਰਿੜੈ ਅਵਰੈ ਨਾਮ ਜਪਾਵੈ,
ਜਿਹੜਾ ਮਨੁੱਖ ਖੁਦ ਵੀ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਪੱਕਿਆਂ ਕਰ ਲਵੇ ਅਤੇ ਹੋਰਨਾਂ ਨੂੰ ਵੀ ਉਸ ਪਰਮਾਤਮਾ ਦੇ ਨਾਲ ਜੋੜੇ, ਪਰਮਾਤਮਾ ਦਾ ਨਾਮ ਜਪਾਵੇ, ਨਾਨਕ ਉਹ ਵੈਸ਼ਨੋ ਪਰਮਗਤ ਪਾਵੇ। ਹੇ ਨਾਨਕ, ਉਹ ਵੈਸ਼ਨੋ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਭਗਉਤੀ ਭਾਵ ਕਿ ਭਗਵਾਨ ਦਾ ਉਪਾਸ਼ਕ, ਜੋ ਭਗਵਾਨ ਦੀ ਪੂਜਾ ਕਰਦਾ ਹੋਵੇ। ਗੁਰੂ ਜੀ ਕਹਿੰਦੇ ਕਿ ਅਸਲੀ ਭਗਵਤੀ ਉਹ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੀ, ਭਗਵਾਨ ਦੀ ਭਗਤੀ ਦਾ ਪਿਆਰ ਹੈ, ਜਿਸ ਨੇ ਸਾਰੇ ਹੀ ਦੁਸ਼ਟਾਂ ਦਾ, ਸਾਰੇ ਹੀ ਮੰਦ ਕਰਮੀਆਂ ਦਾ ਸਾਥ ਤਿਆਗ ਦਿੱਤਾ ਹੈ। ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਜਿਸ ਦੇ ਮਨ ਵਿੱਚੋਂ ਹਰ ਤਰ੍ਹਾਂ ਦੇ ਵਹਿਮ ਭਰਮ ਮਿਟ ਜਾਂਦੇ ਹਨ ਅਤੇ ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ, ਉਸ ਪਰਮਾਤਮਾ ਨੂੰ ਕਿਸੇ ਖਾਸ ਥਾਂ 'ਤੇ ਬਿਰਾਜਮਾਨ ਨਹੀਂ ਕਰਦਾ, ਕਿਸੇ ਖਾਸ ਜਗ੍ਹਾ ਦੇ ਵਿੱਚ ਉਸ ਪਰਮਾਤਮਾ ਨੂੰ ਕੈਦ ਨਹੀਂ ਕਰ ਲੈਂਦਾ। ਇਹ ਨਹੀਂ ਸਮਝ ਲੈਂਦਾ ਕਿ ਉਹ ਪਰਮਾਤਮਾ ਸਿਰਫ ਇੱਕ ਖਾਸ ਥਾਂ 'ਤੇ ਹੀ ਵੱਸਦਾ ਹੈ, ਬਲਕਿ ਇਹ ਸਮਝਦਾ ਹੈ ਕਿ ਉਹ ਪਰਮਾਤਮਾ 'ਤੇ ਹਰ ਥਾਂ ਹੀ ਮੌਜੂਦ ਹੈ। ਇਹ ਜਾਣ ਕੇ ਉਸ ਪਰਮਾਤਮਾ ਦੀ ਜੋ ਪੂਜਾ ਕਰਦਾ ਹੈ। ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੈ। ਉਸ ਭਗਉਤੀ ਦੀ ਮਤ ਉੱਚੀ ਹੋ ਜਾਂਦੀ ਹੈ ਜੋ ਗੁਰਮੁਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਪਾਪਾਂ ਦੀ ਮੈਲ ਨੂੰ ਆਪਣੇ ਮਨ ਤੋਂ ਲਾ ਲੈਂਦਾ ਹੈ। ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਬਿਸ਼ਨ ਪ੍ਰੀਤ। ਜੋ ਹਰ ਰੋਜ਼ ਉਸ ਭਗਵਾਨ ਦਾ ਸਿਮਰਨ ਕਰਦਾ ਹੈ, ਆਪਣਾ ਮਨ ਅਤੇ ਤਨ ਉਸ ਪਰਮਾਤਮਾ ਦੇ ਪ੍ਰੇਮ ਤੋਂ ਕੁਰਬਾਨ ਕਰ ਦਿੰਦਾ ਹੈ। ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਜੋ ਮਨੁੱਖ ਪ੍ਰਭੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਹੇ ਨਾਨਕ, ਅਜਿਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ, ਹਾਸਲ ਕਰ ਲੈਂਦਾ ਹੈ। ਅਪਰਸ ਵੈਸ਼ਨੋ ਅਤੇ ਭਗਉਤੀ ਦੀ ਗੱਲ ਕਰਨ ਤੋਂ ਬਾਅਦ ਇਸ ਪਦੀ ਦੇ ਵਿੱਚ ਗੁਰੂ ਜੀ ਪੰਡਿਤ ਦੀ ਗੱਲ ਕਰਦੇ ਹਨ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮਹਿ ਸੋਧੈ। ਸੋਧੈ ਤੋਂ ਭਾਵ ਲੱਭਣਾ, ਪ੍ਰਬੁੱਧੈ ਤੋਂ ਭਾਵ ਜਗਾਉਣਾ, ਕਿ ਜੋ ਪੰਡਿਤ ਆਪਣੇ ਮਨ ਨੂੰ ਜਗਾਉਂਦਾ ਹੈ, ਆਪਣੇ ਮਨ ਨੂੰ ਸਿੱਖਿਆ ਦਿੰਦਾ ਹੈ, ਰਾਮ ਨਾਮ ਨੂੰ ਆਪਣੇ ਅੰਦਰੋਂ ਲੱਭਦਾ ਹੈ, ਉਹੀ ਅਸਲੀ ਪੰਡਿਤ ਹੈ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਜੋ ਉਸ ਰਾਮ ਦੇ ਨਾਮ ਰੂਪ ਸ੍ਰੇਸ਼ਟ ਰਸ ਨੂੰ ਪੀਂਦਾ ਹੈ, ਉਹਦਾ ਮਿੱਠਾ ਸਵਾਦ ਚੱਖਦਾ ਹੈ, ਉਸ ਪੰਡਿਤ ਦੇ ਉਪਦੇਸ਼ ਨਾਲ ਸਾਰਾ ਜਗਤ ਹੀ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ, ਰੂਹਾਨੀ ਜ਼ਿੰਦਗੀ ਜਿਉਂਦਾ ਹੈ। ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਜਿਸ ਪੰਡਿਤ ਨੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਕਥਾ ਨੂੰ ਵਸਾ ਲਿਆ, ਉਹ ਪੰਡਿਤ ਮੁੜ ਤੋਂ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮਹਿ ਜਾਣੈ ਅਸਥੂਲ। ਜੋ ਵੇਦ ਪੁਰਾਣ ਅਤੇ ਸਮਿਰਤੀਆਂ ਆਦਿਕ ਧਾਰਮਿਕ ਪੁਸਤਕਾਂ ਦਾ ਮੁੱਢ ਬੁੱਝ ਲੈਂਦਾ ਹੈ, ਇਹ ਗੱਲ ਜਾਣ ਲੈਂਦਾ ਹੈ ਕਿ ਇਹਨਾਂ ਦਾ ਮੁੱਢ ਉਹ ਪਰਮਾਤਮਾ ਹੀ ਹੈ। ਲਿਖੀਆਂ ਇਹ ਧਾਰਮਿਕ ਪੁਸਤਕਾਂ ਇਨਸਾਨਾਂ ਨੇ ਹੀ ਹਨ, ਪਰ ਇਨਸਾਨ ਵੀ ਉਹੀ ਲਿਖ ਸਕਦਾ ਹੈ ਜੋ ਉਹਦੇ ਮਨ ਦੇ ਵਿੱਚ ਆਵੇ, ਅਤੇ ਉਹਦੇ ਮਨ ਦੇ ਵਿੱਚ ਕੀ ਆਉਣਾ ਹੈ ਕੀ ਨਹੀਂ ਆਉਣਾ, ਇਹ ਪਰਮਾਤਮਾ ਦੀ ਮਿਹਰ 'ਤੇ ਨਿਰਭਰ ਕਰਦਾ ਹੈ। ਜਿਨ੍ਹਾਂ ਰਿਸ਼ੀਆਂ ਮੁਨੀਆਂ 'ਤੇ ਉਸ ਪਰਮਾਤਮਾ ਨੇ ਮਿਹਰ ਕੀਤੀ, ਉਹਨਾਂ ਦੇ ਮਨਾਂ ਦੇ ਵਿੱਚ ਉਹ ਚੰਗੇ ਖਿਆਲਾਤ ਆਏ, ਜਿਨ੍ਹਾਂ ਨੂੰ ਉਹਨਾਂ ਨੇ ਕਾਗਜ਼ 'ਤੇ ਉਕਰਿਆ, ਅਤੇ ਉਹ ਧਾਰਮਿਕ ਪੁਸਤਕਾਂ ਬਣ ਗਈਆਂ। ਸੋ ਅਸਲੀ ਪੰਡਿਤ ਉਹ ਹੈ ਜੋ ਇਹਨਾਂ ਧਾਰਮਿਕ ਪੁਸਤਕਾਂ ਦੇ ਮੁੱਢ ਨੂੰ, ਮੂਲ ਨੂੰ ਸਮਝਦਾ ਹੈ, ਇਹ ਮੰਨਦਾ ਹੈ ਕਿ ਇਹਨਾਂ ਦਾ ਮੁੱਢ ਅਸਲ ਦੇ ਵਿੱਚ ਪਰਮਾਤਮਾ ਹੈ, ਅਤੇ ਸੂਖਮ ਮਹਿ ਜਾਣੈ ਅਸਥੂਲ,
इस दिसदे हुए जगत दे विच अस्थूल तो भाव जो सानू दिसदा है ते सूखम तो भाव जो सानू नहीं दिसदा अतरिष्ट है। जो इस दिसदे हुए जगत दे विच उस परमात्मा नू जिहड़ा कि अतरिष्ट है उनू वेख लैंदा है वह असली पंडित है। चौं वरना कौ दे उपदेश नानक उस पंडित को सदा आदेश। आदेश तो भाव नमस्कार। यह भी बड़ी महत्वपूर्ण गल गुरु जी ने लिखी है कि चौ वरना को दे उपदेश। अक्सर पुराने जमानिया दे विच जदों की जात पात का वखरेवा बहुत ज़्यादा हुंदा सी, ये नहीं कहिंदे कि अज बिल्कुल खत्म हो चुकिया है, पर काफ़ी हद तक खत्म हो चुकिया है जब बहुत घट गया पहला दे मुकाबले च। ता उस वक्त जो नीवियां जातियां समझियां जांदियां सन उन्हां दे नाल वितकरे भी हुंदे सन, उन्हां नूं मंदिर दे नेड़े भी नहीं जान दिता जांदा सी, उन्हां नूं वेखण तों भी खास करके पंडित लोग जो हन वो कतराउंदे सन। जे कोई शूदर मत्थे लग जांदा भाव कि टक्कर पैंदा आउंदे जांदियां नूं तां बड़ा अपवित्र मन्निया जांदा सी कि चौ वरना को दे उपदेश कि जिहड़ा पंडित चारे ही जातियां नूं सिख्या दिंदा है नानक उस पंडित को सदा आदेश। हे नानक उस पंडित अगे असी सदा सिर नवाउंदे हां। बीज मंत्र सर्ब को ज्ञान चौ वरना मह जपै को नाम। चारे ही वर्ण चारे ही जातियां जो कि हिंदू मत अनुसार मनिया गई हैं ब्राह्मण खत्री वैश अते शूदर, गुरु जी कहिंदे इन्हां चारे ही जातियां दे विच्चों कोई भी मनुख परमात्मा दा नाम जप के वेख ले उन्नू इस गल दा एहसास हो जाएगा कि होरना सब मंत्रां दा मुढ़ परमात्मा दा नाम है। बीज मंत्र है, होरना सारे मंत्रां दा मुढ़ मंत्र परमात्मा दा नाम है ते ए नाम सबना दे लई ज्ञान दाता है। जो जो जपै तिस की गत होए साध संग पावै जन कोई। जो जो भी परमात्मा दा नाम जपदा है उदी जिंदगी उच्ची हो जांदी है उदी गत हो जांदी है, पर साध संगत दे विच जुड़ के कोई विरला मनुख ही इस नाम नू हासिल करता है। कर किरपा अंतर उर धारै पश प्रेत मुगद पाथर कौ तारै। ओ परमात्मा खुद साडे ते मेहर करे ता ही उदा नाम साडे हिरदयां दे विच टिक पाउंदा है। साडे ते किरपा करके ओ खुद ही साडे हिरदयां दे विच अपने नाम नूं टिकाउंदा है ते जिस हिरदे दे विच वी इह नाम टिक गया बेशक ओह पशु होवे प्रेत होवे मूर्ख होवे जां पत्थर दिल होवे ओ सारे ही तर जांदे हन। सर्ब रोग का औखद नाम कल्याण रूप मंगल गुणगाम। परमात्मा दा नाम ते सारे ही रोगां दी दवाई है। प्रभु दे गुण गाउणे चंगे भागां ते सुख दा रूप है निशानी है। जे कोई मनुख प्रभु दे गुण गाउंदा है तां इह निशानी है कि उहदा जीवन भागां वाला ते सुखदाई है। काहू जुगत किते ना पाईऐ धर्म। यह जो असली धर्म है उस परमात्मा दे नाम नूं जपण दा एक किसे ढंग तरीके नाल जां किसे भी धार्मिक रस्म रवाज दे नाल हासिल नहीं किया जा सकता। इस गल नूं सानू मनुखां नूं समझना चाहिंदा है। जो भी मनुख किसे भी प्रकार दा ढंग तरीका वरत के जां धार्मिक रस्म रवाज मिथे होए धार्मिक कार्ज करके धर्म नूं हासिल करना चाहुंदा है उन्हां दे लई इह सिख्यादायक पंक्ति है कि काहू जुगत कितै ना पाईऐ धर्म नानक तिस मिलै जिस लिखिया तुर करम। हे नानक इह परमात्मा दा नाम ते उस नूं मिलदा है जिहदे मत्थे ते उस परमात्मा ने धुरों ही इह लेख लिख के उन्हूं इस जगत दे विच भेजिया होवे। जिसका मन पार ब्रह्म का निवास तिसका नाम सत रामदास। जिस मनुख दे मन विच उस अकाल पुरख दा वास है जिसने अपनियां तारां उस परमात्मा दे नाल जोड़ियां हुईयां हन
गुरु जी कहिंदे कि असली अर्थां दे विच उहदा नाम ही रामदास है। प्रभु दा सेवक रामदास तो भाव कि राम दा दास परमात्मा दा सेवक। आत्म राम तिस नदरी आया दास दसंतन पाए तिन पाया। उस मनुख नूं सर्वव्यापी परमात्मा दिस पैंदा है। उहदा सुभा हुंदा है दासां दा दास बन जाना ते इसे सुभा दे नाल ही ओ परमात्मा नूं लभदा है। सदा निकट निकट हर जान सो दास दरगाह प्रवान। जिहड़ा मनुख सदा ही उस प्रभु नूं नेड़े समझदा है नेड़े जानदा है ओ सेवक उस परमात्मा दी दरगाह ते कबूल हुंदा है। अपने दास को आप कृपा करै तिस दास को सब सोची परै। अजिहे दास दे उत्ते अजिहे सेवक दे उत्ते ओ परमात्मा खुद मेहर करता है ते उस सेवक नूं सारी खेड़ उस परमात्मा दी समझ दे विच आ जांदी है सोझी पै जांदी है। सगल संग आत्म उदास। उन्हूं जंगलां दे विच नहीं जाना पैंदा अपने परिवार दे विच रहिंदा होया सारयां दे संग वसदा होया भी ओह उन्हां दे मोह तों उदास हो जांदा है निर्मोह हो जांदा है। सभनां दे विच वसदा है अपना व्यक्तिगत जीवन होरना दे वांग ही बतीत करता है। किरत भी करता है कम भी करता है पर किसी भी गल दे नाल किसी भी वर्तारे दे नाल मोह नहीं जोड़ता। ते जदों मोह नहीं जोड़ता तो किसी भी वर्तारे तो वह दुखी भी नहीं हुंदा। सानू दुखी करन वाली वो तंद ही मोह है। मोह ही ऐसी तंद है जिहड़ी वक्ख वक्ख वर्तारियां दे विच सानू दुखी करती है। ते असीं संसार दे विच विचरदे होए परिवार दे नाल वसदे होए निर्मोह हो जाना है उदास हो जाना है। ऐसी जुगत नानक रामदास हे नानक इहो जिही जीवन जुगत जे मनुख बना लवेगा ते असली दे विच रामदास हो जाएगा उस परमात्मा दा सेवक हो जाएगा। प्रभु की आज्ञा आत्म हितावै जीवन मुक्त सोऊ कहावै। जिस मनुख दे मन दे विच उस परमात्मा दी रजा मिठी लगदी है ओही मनुख ज्यौंदा होया भी मुक्त अखवाउंदा है। मुक्ति हासिल करन दे लई मनुख बहुत प्रकार दे तरलो मच्छी हुंदा है कई प्रकार दियां जुगतां अपनाउंदा है। मुक्ति दे सारे ही कंसैप्ट नूं बड़ा तोड़ मरोड़ के ते बहुत ही गलत ढंग दे नाल लोकां दे सामने पेश कीता गया है। जिन्हां मनुखां ने भी ये गलत प्रचार कीता है उन्हां दे पिछे कारण कोई भी होवे पर हकीकत यह है कि मनुख नूं बहुत पहले तो मुक्ति दे अर्थ यही दसे गए ने कि भाई तू इस जन्म दे विच चंगे कर्म कर ता तू अगले जन्म दे विच किसे जूनी दे विच नहीं पएगा तू इह जूना दे चक्कर दे विचों मुक्त हो जाएगा। यह अर्थ मुक्ति दे मनुख नूं दसे गए ने वक् वक् शख्सियतां दे वल्लों। पर मुक्ति यह नहीं है। मुक्ति ते ओ है जो असी ज्यौंदियां ने हासिल करनी है दुनियावी मोह तों विकारां तों माया दे प्रभाव तों। असी मुक्त हाँ जेकर साडे जीवन दे विच हो रहा कोई भी वर्तारा साडे मानसिक संतुलन नूं नहीं हिला पाउंदा तां असी मुक्त हाँ। सानूं कोई भी धार्मिक टकवंज करन दी लोड़ नहीं फिर जे साडे मानसिक संतुलन नूं असी अजिहा बना लिया परमात्मा दी याद दे विच जुड़ के ये असी कर सकते हाँ। जे उस परमात्मा दी रजा नूं असी मिठी करके मनन लग जाइए प्रभु की आग्या आत्म हितावै जीवन मुक्त सोऊ कहावै ज्यौंदे होए असी मुक्ति हासिल कर लवांगे उस मुक्ति दा सानूं फायदा भी होएगा। जो असी छोटियां छोटियां गल्लां ते दुखी नाराज़
ਹੁੰਦੇ ਰਹਿੰਦੇ ਹਾਂ, ਸੋਗ ਦੇ ਵਿੱਚ ਚਲ ਜਾਂਦੇ ਹਾਂ, ਇਹ ਨਹੀਂ ਕਰਾਂਗੇ। ਇਸ ਸਭ ਤੋਂ ਛੁਟਕਾਰਾ ਮਿਲ ਜਾਏਗਾ, ਇਹ ਛੁਟਕਾਰਾ ਹੀ ਮੁਕਤੀ ਹੈ। ਜਦੋਂ ਅਸੀਂ ਮੁਕਤ ਹੋ ਗਏ ਤਾਂ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਾਂ ਨਹੀਂ ਵਿਯੋਗ। ਜਿਸ ਮਨੁੱਖ ਨੇ ਇਹ ਮੁਕਤੀ ਹਾਸਲ ਕਰ ਲਈ ਉਹਦੇ ਲਈ ਖੁਸ਼ੀ ਵੀ ਉਹ ਸੀ ਅਤੇ ਸੋਗ ਵੀ ਉਹ ਸਾ। ਖੁਸ਼ੀ ਅਤੇ ਗਮ ਬਰਾਬਰ ਹੋ ਜਾਂਦੇ ਨੇ, ਉਹ ਤਾਂ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ ਹੈ ਕਿਉਂਕਿ ਉਹਦੇ ਮਨ ਦੇ ਵਿੱਚ ਪਰਮਾਤਮਾ ਤੋਂ ਵਿਛੋੜਾ ਨਹੀਂ ਹੁੰਦਾ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਹਦੇ ਲਈ ਤਾਂ ਫਿਰ ਸਿਉਣਾ ਵੀ ਉਹੇ ਜਾ ਅਤੇ ਮਿੱਟੀ ਵੀ ਉਹੇ ਜਿਹੀ, ਅੰਮ੍ਰਿਤ ਵੀ ਉਹੇ ਜਾ ਕੌੜੀ ਜ਼ਹਿਰ ਵੀ ਉਹੇ ਜੀ। ਤੈਸਾ ਮਾਨ ਤੈਸਾ ਅਭਿਮਾਨ, ਕੋਈ ਉਹਨੂੰ ਮਾਨ ਬਖਸ਼ ਜਾਏ ਉਹ ਵੀ ਉਹਦੇ ਸੰਤੁਲਨ ਨੂੰ ਨਹੀਂ ਹਿਲਾਉਂਦਾ, ਅਤੇ ਕੋਈ ਉਹਦਾ ਅਪਮਾਨ ਕਰ ਜਾਵੇ ਆਪਣੀ ਹਉਮੈ ਦੇ ਵਿੱਚ ਆ ਕੇ, ਹੰਕਾਰ ਦੇ ਵਿੱਚ ਆ ਕੇ ਉਹਨੂੰ ਉੱਚਾ ਨੀਵਾਂ ਬੋਲ ਜਾਏ, ਉਹ ਵੀ ਉਹਦੇ ਆਤਮਕ ਸੰਤੁਲਨ ਨੂੰ ਨਹੀਂ ਹਿਲਾਉਂਦਾ। ਤੈਸਾ ਰੰਕ ਤੈਸਾ ਰਾਜਾਨ, ਉਹਦੇ ਲਈ ਤਾਂ ਕੰਗਾਲ ਵੀ ਉਹ ਜਾ ਅਤੇ ਸ਼ਹਿਨਸ਼ਾਹ ਵੀ ਉਹ ਜਾ, ਸਾਰੇ ਹੀ ਉਹਦੀ ਨਜ਼ਰ ਦੇ ਵਿੱਚ ਬਰਾਬਰ ਨੇ, ਉਹ ਕਿਸੇ ਦੇ ਨਾਲ ਵੀ ਕੋਈ ਵੱਖਰਾ ਵਰਤਾਵ ਨਹੀਂ ਕਰਦਾ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਪ੍ਰਭੂ ਜੋ ਵੀ ਰਜ਼ਾ ਵਰਤਾਉਂਦਾ ਹੈ ਉਹਦੇ ਲਈ ਉਹੀ ਜ਼ਿੰਦਗੀ ਦੀ ਜੀਵਨ ਜੁਗਤ ਹੋ ਜਾਂਦੀ ਹੈ, ਉਹਨੂੰ ਉਸ ਪਰਮਾਤਮਾ ਦੀ ਰਜ਼ਾ 'ਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਹੁੰਦਾ। ਹੇ ਨਾਨਕ, ਅਜਿਹੇ ਮਨੁੱਖ ਨੂੰ ਜਿਉਂਦਿਆਂ ਹੋਇਆਂ ਹੀ ਮੁਕਤ ਕਿਹਾ ਜਾ ਸਕਦਾ ਹੈ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ। ਸਾਰੇ ਹੀ ਥਾਂ ਪਾਵ ਕੇ ਸਾਰੇ ਹੀ ਸਰੀਰ ਉਸ ਅਕਾਲ ਪੁਰਖ ਦੇ ਹੀ ਹਨ। ਜੀਵਾਂ ਨੂੰ ਉਹ ਜਿਸ ਜਿਸ ਥਾਂ ਰੱਖਦਾ ਹੈ ਉਹੋ ਜਿਹਾ ਹੀ ਜੀਵਾਂ ਦਾ ਨਾਮ ਪੈ ਜਾਂਦਾ ਹੈ। ਵੱਖ ਵੱਖ ਪ੍ਰਜਾਤੀਆਂ ਦੀ ਗੱਲ ਇੱਥੇ ਹੋ ਰਹੀ ਹੈ। ਕਿਸੇ ਨੂੰ ਮਨੁੱਖ ਬਣਾ ਦਿੰਦਾ ਹੈ, ਕਿਸੇ ਨੂੰ ਪਸ਼ੂ, ਕਿਸੇ ਨੂੰ ਪੰਛੀ, ਕਿਸੇ ਨੂੰ ਕੀਟ ਪਤੰਗਾ, ਕਿਸੇ ਨੂੰ ਰੁੱਖ। ਅਨੇਕਾਂ ਪ੍ਰਜਾਤੀਆਂ ਇਸ ਸੰਸਾਰ ਦੇ ਵਿੱਚ ਜੀਵਾਂ ਦੀਆਂ ਮੌਜੂਦ ਨੇ। ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵ ਹੈ ਸੋਈ ਫੁਨ ਹੋਗ। ਸਭ ਕੁਝ ਕਰਨ ਦੀ ਸਮਰੱਥਾ ਉਸ ਪਰਮਾਤਮਾ ਦੇ ਕੋਲ ਹੈ। ਜੋ ਵੀ ਉਹਨੂੰ ਭਾਉਂਦਾ ਹੈ, ਜੋ ਵੀ ਉਹਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਪਸਰਿਓ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਜ਼ਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇ ਅਕਾਲ ਪੁਰਖ ਆਪ ਸਭ ਥਾਈਂ ਮੌਜੂਦ ਹੈ। ਉਸ ਪਰਮਾਤਮਾ ਦੇ ਖੇਲ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼। ਜਿਸ ਕਿਸੇ ਵੀ ਜੀਵ ਨੂੰ ਉਹ ਜਿਹੋ ਜਿਹੀ ਅਕਲ ਦਿੰਦਾ ਹੈ ਉਸ ਜੀਵ ਦੇ ਅੰਦਰ ਉਹ ਜਿਹਾ ਹੀ ਚਾਨਣ ਹੁੰਦਾ ਹੈ। ਖੁਦ ਉਹ ਅਕਾਲ ਪੁਰਖ ਸਭ ਕੁਝ ਕਰਨ ਵਾਲਾ ਹੈ ਅਤੇ ਖੁਦ ਅਵਿਨਾਸ਼ ਹੈ, ਭਾਵ ਕਿ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਕਦੇ ਮਰਦਾ ਨਹੀਂ। ਸਦਾ 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 ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਉਹ ਪਰਮਾਤਮਾ ਸਦਾ ਹੀ ਦਿਆਲੂ ਹੈ, ਜੀਵਾਂ ਦੇ ਉੱਪਰ ਸਦਾ ਹੀ ਮਿਹਰ ਕਰਨ ਵਾਲਾ ਹੈ। ਹੇ ਨਾਨਕ, ਜੀਵ ਉਹਨੂੰ ਸਦਾ ਸਿਮਰ ਸਿਮਰ ਕੇ ਫੁੱਲ ਵਾਂਗ ਖਿੜੇ ਰਹਿੰਦੇ ਹਨ, ਨਿਹਾਲ ਹੋਏ ਰਹਿੰਦੇ ਹਨ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 9ਵੀਂ ਅਸ਼ਟਪਦੀ ਦੇ ਵਿੱਚ ਗੁਰੂ ਜੀ ਨੇ ਕਈ ਸਾਰੇ ਲੋਕਾਂ ਅਤੇ ਕੁਝ ਵਰਤਾਰਿਆਂ ਦੀ ਗੱਲ ਕੀਤੀ ਹੈ। ਲੋਕਾਂ ਦੇ ਵਿੱਚ ਅਪਰਸ, ਵੈਸ਼ਨੋ, ਭਗੌਤੀ, ਪੰਡਿਤ, ਰਾਮਦਾਸ ਦੀ ਗੱਲ ਕੀਤੀ ਹੈ ਅਤੇ ਸਾਨੂੰ ਦੱਸਿਆ ਹੈ ਕਿ ਅਸਲੀ ਰਾਮਦਾਸ, ਅਸਲੀ ਪੰਡਿਤ, ਅਸਲੀ ਭਗੌਤੀ, ਅਸਲੀ ਵੈਸ਼ਨੋ ਅਤੇ ਅਸਲੀ ਅਪਰਸ ਕੌਣ ਹਨ। ਫਿਰ ਮੰਤਰਾਂ ਦੀ ਗੱਲ ਕੀਤੀ ਹੈ ਕਿ ਅਸਲੀ ਮੰਤਰ ਕਿਹੜਾ ਹੈ, ਜੋ ਵੀ ਧਾਰਮਿਕ ਮੰਤਰ ਹਨ ਉਹਨਾਂ ਮੰਤਰਾਂ ਦਾ ਮੁੱਢ ਕੀ ਹੈ। ਫਿਰ ਸਾਨੂੰ ਮੁਕਤੀ ਦੇ ਬਾਰੇ ਵਿੱਚ ਦੱਸਿਆ ਹੈ ਕਿ ਅਸਲੀ ਮੁਕਤੀ ਕਿਹੜੀ ਹੈ, ਅਤੇ ਅਖੀਰਲੀ ਪਦੀ ਦੇ ਵਿੱਚ ਉਸ ਪਰਮਾਤਮਾ ਦੀ ਉਸਤਤ ਕੀਤੀ ਹੈ ਕਿ ਉਹ ਸਭ ਕੁਝ ਕਰਨ ਦੇ ਸਮਰੱਥ ਹੈ, ਸਭ ਥਾਂ ਵਸਿਆ ਹੋਇਆ ਹੈ,
किसी भी जीव नू जिस भी जीवन दे विच ओ पाउंदा है उस जीवन दे विच ओ जीव पै जांदा है ते उस जीवन दे विच उनू जिहो जिही अकल ओ परमात्मा बख्शदा है ओह जिही अकल उस जीव नू आ जांदी है। सो उम्मीद करते हाँ इन्हां सारियां ही गल्लां दे अर्थ तुहानू बड़े वधिया ढंग दे नाल समझ दे विच आ गए होणगे ते अपने जीवन दे विच लागू करते हुए तुसी भी अपना ध्यान उस परमात्मा दे नाल अपनी लिव जोड़न ते केंद्रित करोगे जिहड़ी कि तुहानू असली भगत बनाएगी उस परमात्मा दा ते जो भी धार्मिक कार्ज तुसी करोगे उन्हां नू करन दे पिछे तुहाडी कोई इच्छा नहीं छुपी होएगी। ये नहीं होएगा कि तुहानू कुछ चाहिदा है उहदे लई ये धार्मिक उपा किसी ने दस्या है ते असीं ये धार्मिक उपा कर लैंदे हाँ, ये नहीं होएगा। किसी धार्मिक कार्ज दे विच तुसीं शिरकत करोगे तो उहदे पिछे इक्को एक कारण ये होएगा कि परमात्मा की रज़ा है तुहाडे लई, हुक्म है तुहाडे लई कि तुसीं इस कार्ज दे विच शिरकत करो ते तुसीं शिरकत कर लोगे, उहदे पिछे तुहाडी कोई इच्छा कोई ख्वाहिश नहीं होएगी। इत्थे ही अज दी वीडियो दी समाप्ति करते हैं जी। वाहिगुरु जी का खालसा, वाहिगुरु जी की फतेह।